ਸਤਿ ਸ਼੍ਰੀ ਅਕਾਲ ਜੀ, ਮੈਂ ਅੰਮ੍ਰਿਤਪਾਲ ਸਿੰਘ, ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਸਾਲਾਂ ਦੇ ਵਨ ਸਿੰਘ ਦੀ ਹਾਲਤ ਨੂੰ ਦੇਖਦੇ ਹੋਏ ਸੂਬਾ ਸਰਕਾਰ ਵੱਲੋਂ ਉਸ ਦੀ ਸਿੱਖਿਆ ਲਈ ਪੂਰੀ ਵਿੱਤੀ ਸਹਾਇਤਾ ਦੇਣ ਤੋਂ ਇਲਾਵਾ ਪਰਿਵਾਰ ਨੂੰ 2 ਲੱਖ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ। ਵਨ ਸਿੰਘ ਦੀ ਆਪਣੇ ਪਰਿਵਾਰ ਦੀ ਸਹਾਇਤਾ ਲਈ ਲੁਧਿਆਣਾ ਦੀਆਂ ਸੜਕਾਂ ਉੱਤੇ ਜਰਾਬਾ ਵੇਚਣ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਦੇ ਹਾਲਾਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਕਿ ਵੰਸ਼ ਜੋ ਸਕੂਲ ਛੱਡ ਚੁੱਕਾ ਹੈ ਨੂੰ ਮੁੜ ਸਕੂਲ ਭੇਜਿਆ ਜਾਵੇ। ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ। ਮੁੱਖ ਮੰਤਰੀ ਨੇ ਵੰਸ਼ ਦੀ ਇੱਕ ਕਾਰ ਚਾਲਕ ਵੱਲੋਂ ਜੁਰਾਬਾਂ ਦੀ ਕੀਮਤ ਤੋਂ ਵੱਧ 50 ਰੁਪਏ ਦੇਣ ਦੀ ਪੇਸ਼ਕਸ਼ ਨੂੰ ਇਨਕਾਰ ਕਰਦੇ ਹੋਏ ਵੀਡੀਓ ਦੇਖਣ ਤੋਂ ਬਾਅਦ ਇਸ ਲੜਕੇ ਅਤੇ ਉਸਦੇ ਪਰਿਵਾਰ ਨਾਲ ਵੀਡੀਓ ਰਾਹੀਂ ਗੱਲਬਾਤ ਕੀਤੀ। ਰੱਖਣਾ ਰੱਖ ਲਾ ਜੀ, ਥੈਂਕ ਯੂ, ਬਹੁਤ ਵਧੀਆ ਲੱਗਿਆ, ਤੂੰ ਮਿਹਨਤ ਕਰਦਾ ਦੇਖ ਕੇ, ਠੀਕ ਆ। ਅੱਛਾ, ਤੇ ਤੁਸੀਂ ਪੜ੍ਹਦੇ ਹੋ ਕਿਹੜੀ ਕਲਾਸ ਚ? ਮੈਂ ਪੜ੍ਹਦਾ ਸੀ, ਹਟ ਗਿਆ, ਹੁਣ ਲੱਗੂਗਾ। ਕਾਹ ਤੋਂ ਹਟ ਗਈ? ਘਰੇ ਕਮਾਉਣ ਵਾਲਾ ਹੋਰ ਕੌਣ ਹੈ? ਦੇਖਿਆ ਸੀ ਤੁਹਾਨੂੰ, ਤੁਸੀਂ ਉੱਥੇ ਆਪਣੇ ਪਰਿਵਾਰ ਦੀ ਮਦਦ ਕਰਨ ਲਈ ਤੁਸੀਂ ਜਾ ਕੇ ਟ੍ਰੈਫਿਕ ਲਾਈਟ ਤੇ ਕੁਝ ਸਮਾਨ ਵੇਚਦੇ ਹੋ। ਪਰ ਬੇਟਾ, ਹੁਣ ਤੁਹਾਨੂੰ ਅਸੀਂ ਪੜ੍ਹਾਉਣਾ ਜ਼ਰੂਰ। ਮੈਂ ਡਿਪਟੀ ਕਮਿਸ਼ਨਰ ਨੂੰ ਕਹਿਣਾ ਕਿ ਤੁਹਾਨੂੰ ਜਿੱਥੇ ਸਕੂਲ ਤੇ ਤੁਹਾਨੂੰ ਤੁਸੀਂ ਆਏ ਹੋ, ਜਿੱਥੇ ਪੜ੍ਹੇ ਹੋ, ਉੱਥੇ ਤੁਹਾਨੂੰ ਦੁਬਾਰਾ ਪਾਉਣ ਉੱਥੇ। ਔਰ ਜਿੱਥੇ ਤਾਂ ਤੁਹਾਡੇ ਪਰਿਵਾਰ ਦੀ ਮਦਦ ਹੈ ਉਹ ਮੈਂ ਕਰੂੰਗਾ। ਮੈਂ ਗ੍ਰਾਂਟ ਦੇਊਂਗਾ ਤੁਹਾਡੇ ਪਰਿਵਾਰ ਨੂੰ ਤਾਂ ਕਿ ਤੁਹਾਡੇ ਪਿਤਾ ਜੀ, ਮਾਤਾ ਜੀ ਔਰ ਭੈਣਾਂ ਭਾਈ ਵੀ ਜਿਹਨੇ ਭਾਈ ਨੂੰ ਵੀ ਮੰਨਤ ਮੰਨਤ ਪੜ੍ਹ ਰਿਹਾ ਹਾਲੇ? ਮੇਰਾ ਭਰਾ ਪੜ੍ਹ ਚੁੱਕਾ ਵਾ, 9ਵੀਂ ਤੱਕ ਕੀਤੀ ਆ ਬਸ ਉਹਨੇ। ਅੱਛਾ, ਕੋਈ ਗੱਲ ਨਹੀਂ ਬੇਟਾ, ਤੁਸੀਂ ਹੁਣ ਜਾ ਕੇ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਹੂੰਗਾ ਤੁਹਾਨੂੰ ਸਕੂਲ 'ਚ ਵਾਪਸ ਪਾਉਣ ਔਰ ਤੁਹਾਡੇ ਪਰਿਵਾਰ ਦੀ ਮਦਦ ਮੈਂ ਕਰੂੰਗਾ, ਠੀਕ ਹੈ? ਤਾਂ ਕਿ ਤੁਹਾਨੂੰ ਪੜ੍ਹਨ ਤੁਹਾਨੂੰ ਕੋਈ ਔਖ ਨਾ ਆਏ ਪਰਿਵਾਰ ਨੂੰ, ਔਰ ਤੁਸੀਂ ਆਪਣੇ ਪੜ੍ਹਾਈ ਮੁਕਾਓ ਤਾਂ ਕਿ ਤੁਸੀਂ ਵੀ ਕੁਝ ਵੱਡੇ ਬਣ ਸਕੋ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ। ਚੰਗਾ, ਅੱਛਾ ਬੇਟਾ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।